ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਪ੍ਰਗਟ ਸਿੰਘ ਭੁੱਲਰ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਯੂਟੀਊਬ ਚੈਨਲ 'ਤੇ। ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਅਵੇਟਡ ਵੀਡੀਓ ਸੀਗੀ ਅਤੇ ਇਸ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਸੀਗੀ, ਕਿਉਂਕਿ ਇਸ ਵੀਡੀਓ ਦੇ ਰਿਗਾਰਡਿੰਗ ਬਹੁਤ ਜ਼ਿਆਦਾ ਕੁਐਸਚਨ ਸੀਗੇ ਯੂਟੀਊਬ 'ਤੇ। ਅਤੇ ਵੀਡੀਓ ਹੈਗੀ ਆ ਜੀ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ। ਵਾਲਾਂ ਨੂੰ 5-6 ਕੋਮਨ ਸਮੱਸਿਆਵਾਂ ਆਉਂਦੀਆਂ ਨੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲੀ ਸਮੱਸਿਆ ਡੈਂਡਰਫ। ਦੋ ਤਰ੍ਹਾਂ ਦੀ ਡੈਂਡਰਫ, ਇੱਕ ਸਧਾਰਨ ਡੈਂਡਰਫ ਅਤੇ ਇੱਕ ਸੋਰਾਇਸਿਸ ਡੈਂਡਰਫ। ਇਹ ਜੋ ਹੋਮ ਰੈਮੇਡੀ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਨਾ, ਡੈਂਡਰਫ ਦੀ ਸਮੱਸਿਆ ਨੂੰ ਸਿਰਫ 3 ਦਿਨ ਦੇ ਵਿੱਚ ਖਤਮ ਕਰ ਦਿੰਦੀ ਆ, ਚਾਹੇ ਉਹ ਤੁਹਾਡੀ ਸਧਾਰਨ ਡੈਂਡਰਫ ਹੋਵੇ, ਚਾਹੇ ਉਹ ਤੁਹਾਡੀ ਸਕੈਲ ਸੋਰਾਇਸਿਸ ਹੋਵੇ। ਸਕੈਲ ਸੋਰਾਇਸਿਸ ਦੇ ਵਿੱਚ ਸਿਰ ਦੀ ਪਰਪੜੀ 'ਤੇ ਜਾਂ ਦਾੜੀ ਦੇ ਵਿੱਚ ਪੇਪੜੀਆਂ ਬਣਦੀਆਂ ਨੇ, ਥੱਲਿਓ ਮਾਸ ਜਿਹੜਾ ਲਾਲ ਰੰਗ ਦਾ ਨਿਕਲ ਆਉਂਦਾ, ਜ਼ਖਮ ਹੋ ਜਾਂਦੇ, ਖਾਰਸ਼ ਬਹੁਤ ਜਾਂਦੀ ਹੁੰਦੀ ਹੈ, ਇਹ ਸੋਰਾਇਸਿਸ ਦੇ ਲੱਛਣ ਹੁੰਦੇ ਆ। ਦੂਸਰੀ ਕਾਮਨ ਪ੍ਰੋਬਲਮ ਵਾਲਾਂ ਦੀ ਹੈਗੀ ਸਪਲਿਟ ਹੇਅਰ, ਸਪਲਿਟ ਐਂਡ ਦੋ ਮੂੰਹੇ ਵਾਲ। ਦੋ ਮੂੰਹੇ ਵਾਲਾਂ ਨੂੰ ਸਿਰਫ 1 ਹਫ਼ਤੇ ਦੇ ਵਿੱਚ ਇਹ ਹੋਮ ਰੈਮੇਡੀ ਠੀਕ ਕਰ ਦਿੰਦੀ ਹੈ। ਤੀਸਰੀ ਸਭ ਤੋਂ ਕਾਮਨ ਪ੍ਰੋਬਲਮ ਜਿਹੜੀ ਵਾਲਾਂ ਦੀ ਸਾਨੂੰ ਪੇਸ਼ ਆਉਂਦੀ ਹੈ, ਉਹ ਡਰਾਈ ਹੇਅਰ, ਖੁਸ਼ਕ ਜੇ ਵਾਲ, ਸੁੱਕੇ ਵਾਲ, ਬਿਲਕੁਲ ਵੀ ਵਾਲਾਂ ਦੇ ਵਿੱਚ ਸ਼ਾਈਨ ਨਹੀਂ ਹੈਗੀ। ਅਸੀਂ ਤਰ੍ਹਾਂ ਤਰ੍ਹਾਂ ਦੇ ਕੰਡੀਸ਼ਨਰ ਯੂਜ਼ ਕਰਦੇ ਹਾਂ, ਬੜੇ ਬੜੇ ਮਹਿੰਗੇ ਤੇਲ ਯੂਜ਼ ਕਰਦੇ ਹਾਂ, ਪਰ ਫਿਰ ਵੀ ਕੋਈ ਫਾਇਦਾ ਨਹੀਂ। ਉਸ ਹਾਲਾਤ ਦੇ ਵਿੱਚ ਸਿਰਫ 1 ਵਾਰੀ ਲਾਉਣ ਦੇ ਨਾਲ ਤੁਹਾਡੇ ਡਰਾਈ ਹੇਅਰ ਦੀ ਜਿਹੜੀ ਸਮੱਸਿਆ ਬਿਲਕੁਲ ਠੀਕ ਹੋ ਜਾਏਗੀ। ਚੌਥੀ ਕਾਮਨ ਸਮੱਸਿਆ ਜਿਹੜੀ ਸਾਨੂੰ ਦਰਪੇਸ਼ ਆਉਂਦੀ ਹੈ, ਵਾਲਾਂ ਦੀ ਲੰਬਾਈ ਨਹੀਂ ਜਿਨ੍ਹਾਂ ਲੋਕਾਂ ਦੀ ਵੱਧੇਗੀ, ਵਾਲ ਛੋਟੇ ਰਹਿ ਜਾਂਦੇ ਨੇ ਜਾਂ ਵਾਲ ਬਹੁਤ ਜ਼ਿਆਦਾ ਝੜਦੇ ਨੇ, ਉਸ ਹਾਲਾਤ ਦੇ ਵਿੱਚ ਇਹ ਹੋਮ ਰੈਮੇਡੀ ਸਿਰਫ 1 ਹਫ਼ਤੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦੇਗੀ। ਜਿਹੜੇ ਵਾਲ ਝੜ ਰਹੇ ਨੇ ਝੜਨੋਂ ਬੰਦ ਹੋ ਜਾਣਗੇ, ਜੋ ਵਾਲ ਤੁਹਾਡੇ ਛੋਟੇ ਨੇ ਉਹਨਾਂ ਨੂੰ 1 ਹਫ਼ਤੇ ਦੇ ਵਿੱਚ 1 ਤੋਂ ਲੈ ਕੇ 2.5 ਇੰਚ ਤੱਕ ਉਹਨਾਂ ਦੀ ਲੰਬਾਈ ਵਧਾ ਦੇਵੇਗੀ। ਸੋ ਉਹ ਇਸ ਤੋਂ ਬਿਨਾਂ ਇੱਕ ਹੋਰ ਕਾਮਨ ਸਮੱਸਿਆ ਸਾਨੂੰ ਵਾਲਾਂ ਦੇ ਵਿੱਚ ਪੇਸ਼ ਆਉਂਦੀ ਆ, ਉਹ ਹੈਗੀ ਜੀ ਵਾਲਾਂ ਦਾ ਸਫੇਦ ਹੋ ਜਾਣਾ, ਧੌਲੇ ਆਉਣਾ। ਉਸ ਹਾਲਾਤ ਦੇ ਵਿੱਚ 1 ਮਹੀਨੇ ਦੇ ਵਿੱਚ ਅਗਰ ਉਮਰ ਤੋਂ ਪਹਿਲਾਂ, ਸਮੇਂ ਤੋਂ ਪਹਿਲਾਂ ਤੁਹਾਨੂੰ ਧੌਲਿਆਂ ਦੀ ਸਮੱਸਿਆ ਆ ਰਹੀ ਆ, ਤਾਂ ਸਿਰਫ 1 ਮਹੀਨਾ ਲਗਾਤਾਰ ਇਹਨੂੰ ਯੂਜ਼ ਕਰਿਓ, 1 ਮਹੀਨੇ ਦੇ ਵਿੱਚ ਧੌਲਿਆਂ ਦੀ ਸਮੱਸਿਆ ਜੜ ਤੋਂ ਠੀਕ ਹੋ ਜਾਏਗੀ। ਇਹ ਸਾਰੀਆਂ ਗੱਲਾਂ ਮੈਂ ਕੌਨਫੀਡੈਂਸ ਨਾਲ ਕਿਉਂ ਕਹਿ ਰਿਹਾ, ਕਿਉਂਕਿ ਸਵਾਦ ਉਦੋਂ ਆਉਂਦਾ ਜਦੋਂ ਤੁਸੀਂ ਵੀਡੀਓ ਦੇ ਵਿੱਚ ਜੋ ਚੀਜ਼ ਦਿਖਾ ਰਹੇ ਹੋ ਉਹ ਖੁਦ ਤੁਸੀਂ ਆਪ ਯੂਜ਼ ਕਰਦੇ ਹੋ। ਇਹੀ ਤੇਲ ਜੋ ਮੈਂ ਦਾੜੀ 'ਤੇ ਲਾਉਣਾ, ਇਹੀ ਤੇਲ ਮੈਂ ਆਪਣੇ ਕੇਸਾਂ 'ਚ ਲਾਉਣਾ, ਅਤੇ ਮੈਨੂੰ ਕਦੀ ਕੋਈ ਸਮੱਸਿਆ ਨਹੀਂ ਆਈ, ਅਤੇ ਇਸੇ ਕਰਕੇ ਤੁਹਾਡੇ ਨਾਲ ਵੀ ਮੈਂ ਬੜੇ ਕੌਨਫੀਡੈਂਸ ਨਾਲ ਇਹ ਵੀਡੀਓ ਸ਼ੇਅਰ ਕਰ ਰਿਹਾ। ਥੋੜ੍ਹਾ ਜਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਇੱਥੇ ਐਡ ਕਰ ਦੇਣਾ ਚਾਹੁੰਦਾ ਕਿ ਤੁਸੀਂ ਇਸ ਦਾ ਇਸਤੇਮਾਲ ਕਰਨਾ ਕਿੱਦਾਂ ਆ। ਜਾਂ ਤਾਂ ਤੁਸੀਂ ਇਸ ਨੂੰ ਰਾਤ ਨੂੰ ਸੌਣ ਸਮੇਂ ਮਸਾਜ ਕਰਨੀ ਆ, ਵਾਲਾਂ 'ਤੇ ਵੀ ਮਸਾਜ ਕਰਨੀ ਆ, ਅਤੇ ਜੇ ਤੁਸੀਂ ਸਕੈਲਪ 'ਤੇ ਮਸਾਜ ਕਰੋਗੇ, ਆਪਣੇ ਜਿਹਨੂੰ ਆਪਾਂ ਪੁੜਪੜੀ ਬੋਲਦੇ ਹਾਂ, ਖੋਪੜੀ ਬੋਲਦੇ ਹਾਂ, ਜਾਂ ਦਾੜੀ ਦੇ ਅੰਦਰ ਮਸਾਜ ਕਰੋਗੇ, ਤਾਂ ਫਿਰ ਰਿਜ਼ਲਟ ਸਹੀ ਮਿਲਣਾ ਹੈ। ਜਾਂ ਤਾਂ ਤੁਸੀਂ ਸੌਣ ਲੱਗਿਆਂ ਇਸਤੇਮਾਲ ਕਰੋ, ਅਤੇ ਜਾਂ ਫਿਰ ਵਾਲ ਧੋਣ ਤੋਂ 1 ਘੰਟਾ ਪਹਿਲਾਂ ਇਹਨੂੰ ਲਗਾ ਕੇ ਫਿਰ ਵਾਲ ਧੋਵੋ। ਦੋ ਤਰੀਕੇ ਨੇ ਇਹਨੂੰ ਇਸਤੇਮਾਲ ਕਰਨ ਦੇ, ਅਤੇ ਲਗਾਤਾਰ ਇਸਤੇਮਾਲ ਕਰੋ 1 ਮਹੀਨਾ ਜੇ ਸਹੀ ਰਿਜ਼ਲਟ ਲੈਣੇ। ਡੈਂਡਰਫ, ਡਰਾਈ ਹੇਅਰ, ਸਪਲਿਟ ਐਂਡ ਦੇ ਵਿੱਚ ਤਾਂ ਇਹ ਜਸਟ 1 ਹਫ਼ਤੇ ਦੇ ਵਿੱਚ ਰਿਜ਼ਲਟ ਦੇ ਦਿੰਦੀ ਹੈ, ਐਡੀ ਕਾਮਯਾਬ ਚੀਜ਼ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਹੋਮ ਰੈਮੇਡੀ, ਇਸ ਸਪੈਸ਼ਲ ਹੇਅਰ ਆਇਲ ਨੂੰ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਤਿਆਰ ਕਰਨਾ ਹੈ। ਸੋ ਲੈਟ ਸਟਾਰਟ ਇਟ, ਕਿ ਆਪਾਂ ਇਸ ਸਪੈਸ਼ਲ ਹੇਅਰ ਆਇਲ ਨੂੰ ਆਪਣੇ ਘਰ ਦੇ ਵਿੱਚ ਕਿੱਦਾਂ ਤਿਆਰ ਕਰਨਾ, ਅਤੇ ਇਸ ਨੂੰ ਬਣਾਉਣ ਦੇ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਸਿੰਪਲੀ ਜਸਟ 4 ਇੰਗਰੀਡੀਐਂਟਸ ਸਾਨੂੰ ਚਾਹੀਦੇ ਨੇ, ਤੇਲ, ਨਿੰਮ, ਆਮਲਾ ਅਤੇ ਐਲੋਵੇਰਾ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੇਲ ਦੀ, ਤਾਂ ਤੇਲ ਤੁਸੀਂ ਇੱਥੇ ਕੋਕੋਨਟ ਆਇਲ ਅਗਰ ਯੂਜ਼ ਕਰੋਗੇ ਤਾਂ ਉਹਦੇ ਬੈਸਟ ਰਿਜ਼ਲਟਸ ਨੇ, ਕਿਉਂਕਿ ਕੋਕੋਨਟ ਆਇਲ ਦਾ ਮੋਲੀਕੂਲਰ ਮਾਸ ਬਹੁਤ ਥੋੜ੍ਹਾ ਹੁੰਦਾ ਹੈ, ਇਹ ਵਾਲਾਂ ਦੇ ਵਿੱਚ ਬਹੁਤ ਜਲਦੀ ਅਬਜ਼ਰਵ ਹੋ ਜਾਂਦਾ ਹੈ। ਅਤੇ ਸੈਕਿੰਡਲੀ, ਜਦੋਂ ਅਸੀਂ ਬਾਕੀ ਦੀਆਂ 3 ਚੀਜ਼ਾਂ ਇਹਦੇ ਵਿੱਚ ਤਿਆਰ ਕਰਾਂਗੇ ਤਾਂ ਇਹਨਾਂ 3 ਚੀਜ਼ਾਂ ਦੇ ਗੁਣਾਂ ਨੂੰ ਇਹ ਬਹੁਤ ਜਲਦੀ ਅਡੋਪਟ ਕਰ ਸਕਦਾ ਹੈ। ਅਗਰ ਤੁਹਾਡੇ ਕੋਲ ਕੋਕੋਨਟ ਆਇਲ ਨਹੀਂ ਹੈਗਾ ਤਾਂ ਤੁਸੀਂ ਇੱਥੇ ਸੈਸਮੀ ਸੀਡ ਆਇਲ ਵੀ ਲੈ ਸਕਦੇ ਹੋ, ਤਿਲਾਂ ਦਾ ਤੇਲ, ਜਾਂ ਤੁਸੀਂ ਇੱਥੇ ਸਰ੍ਹੋਂ ਦਾ ਤੇਲ ਵੀ ਲੈ ਸਕਦੇ ਹੋ। ਸੋ ਲਗਭਗ 200 ਗ੍ਰਾਮ ਅਸੀਂ ਆਇਲ ਲੈਣਾ ਹੈ, ਮੈਂ ਇੱਥੇ ਕੋਕੋਨਟ ਆਇਲ ਯੂਜ਼ ਕਰ ਰਿਹਾ। ਸੋ ਇੱਥੇ ਇੱਕ ਹੋਰ ਪੁਆਇੰਟ ਮੈਂ ਤੁਹਾਡੇ ਨਾਲ ਐਡ ਕਰ ਦੇਣਾ ਚਾਹੁੰਦਾ ਹਾਂ ਕਿ ਇਹਨਾਂ 3 ਤੇਲਾਂ ਦੇ ਵਿੱਚੋਂ ਕਿਹੜਾ ਵਿਅਕਤੀ ਕਿਹੜਾ ਤੇਲ ਦਾ ਇਸਤੇਮਾਲ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਚਿਪ ਚਿਪ ਹੈ, ਭਾਵ ਬਹੁਤ ਜ਼ਿਆਦਾ ਗਰੀਸੀ ਹੈ ਵਾਲ, ਬਹੁਤ ਜ਼ਿਆਦਾ ਆਇਲੀ ਨੇ ਵਾਲ, ਤਾਂ ਉਹ ਲੋਕ ਸਰ੍ਹੋਂ ਦੇ ਤੇਲ ਦੇ ਇਸਤੇਮਾਲ ਨਾ ਕਰਨ। ਜਿਨ੍ਹਾਂ ਲੋਕਾਂ ਨੂੰ ਅਕਸਰ ਠੰਡ ਲੱਗਦੀ ਹੈ ਸਿਰ ਦੇ ਵਿੱਚ, ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਆਪਣੇ ਸਿਰ ਦੇ ਵਿੱਚ ਠੰਡਕ ਮਹਿਸੂਸ ਹੁੰਦੀ ਹੈ, ਉਹ ਲੋਕ ਕੋਕੋਨਟ ਤੇਲ ਦਾ ਇਸਤੇਮਾਲ ਨਾ ਕਰਨ। ਜਿਨ੍ਹਾਂ ਲੋਕਾਂ ਨੂੰ ਸਿਰ ਦੇ ਵਿੱਚ ਬਹੁਤ ਜ਼ਿਆਦਾ ਤਪਸ਼ ਜਾਂ ਗਰਮੀ ਮਹਿਸੂਸ ਹੁੰਦੀ ਹੈ, ਉਹ ਲੋਕ ਤਿਲਾਂ ਦੇ ਤੇਲ ਦਾ ਇਸਤੇਮਾਲ ਨਾ ਕਰਨ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝ ਲਿਓ। ਉਸ ਤੋਂ ਸਭ ਤੋਂ ਪਹਿਲਾਂ ਆਪਾਂ ਨੂੰ 200 ਗ੍ਰਾਮ ਕੋਕੋਨਟ ਆਇਲ ਚਾਹੀਦਾ ਆ, ਫਿਰ ਆਪਾਂ ਨੂੰ ਚਾਹੀਦੇ ਆ 200 ਗ੍ਰਾਮ ਦੇਸੀ ਆਉਲੇ,
ਸੋ ਇੱਥੇ ਮੈਂ ਤੁਹਾਨੂੰ ਸਪੈਸ਼ਲ ਇਹ ਚੀਜ਼ ਨੋਟ ਕਰਵਾਉਣੀ ਚਾਹੁੰਦਾ ਹਾਂ ਕਿ ਦੇਸੀ ਔਲੇ ਜਿਹੜੇ ਆਕਾਰ ਦੇ ਵਿੱਚ ਛੋਟੇ ਹੁੰਦੇ ਨੇ, ਹਾਂ ਇਹਨਾਂ ਨੂੰ ਹਾਸਲ ਕਰਨਾ ਥੋੜ੍ਹਾ ਜਿਹਾ ਸੌਖਾ ਨਹੀਂ ਹੈਗਾ। ਅਗਰ ਤੁਹਾਨੂੰ ਸਧਾਰਨ ਔਲੇ ਵੀ ਮਿਲ ਜਾਣ ਤਾਂ ਤੁਸੀਂ ਉਸਦਾ ਵੀ ਇਸਤੇਮਾਲ ਕਰ ਲਿਓ, ਇਟਸ ਨੋਟ ਏ ਪ੍ਰੋਬਲਮ, ਬਟ ਦੇਸੀ ਔਲਿਆਂ ਦਾ ਇਸਤੇਮਾਲ ਕਰਨਾ ਜ਼ਿਆਦਾ ਬੈਸਟ ਹੈ। 200 ਗ੍ਰਾਮ ਦੇਸੀ ਔਲੇ ਲੈਣੇ ਆ, ਅਤੇ ਉਸ ਤੋਂ ਨੈਕਸਟ ਅਸੀਂ ਜਿਹੜੀ ਚੀਜ਼ ਲੈਣੀ ਆ ਉਹ ਲੈਣਾ ਜੀ 50 ਗ੍ਰਾਮ ਐਲੋਵੇਰਾ ਦਾ ਲੀਵਸ ਜਾਂ ਪੱਤਾ, ਤਾਜ਼ਾ ਐਲੋਵੇਰਾ। ਤੁਸੀਂ ਇੱਥੇ ਐਲੋਵੇਰਾ ਜੂਸ ਦਾ ਇਸਤੇਮਾਲ ਨਹੀਂ ਕਰਨਾ, ਤੁਸੀਂ ਇੱਥੇ ਐਲੋਵੇਰਾ ਜੈਲ ਦਾ ਇਸਤੇਮਾਲ ਨਹੀਂ ਕਰਨਾ। ਜੇ ਤੁਹਾਡੇ ਕੋਲ ਐਲੋਵੇਰਾ ਲੀਵਸ ਤਾਜ਼ੇ ਹੈਗੇ ਆ, ਫਰੈਸ਼ ਹੈਗੇ ਆ, ਤਾਂ ਇਸਤੇਮਾਲ ਕਰਨਾ, ਐਲਸ ਵਾਈਜ਼ ਤੁਸੀਂ ਇਹਨੂੰ ਛੱਡ ਸਕਦੇ ਹੋ, ਪਰ ਫਿਰ ਉਹ ਕੁਆਲਿਟੀ ਨਹੀਂ ਦਏਗਾ ਇਹ ਤੇਲ। ਉਸ ਤੋਂ ਬਾਅਦ ਸਾਨੂੰ ਚਾਹੀਦੇ ਨੇ ਘੱਟੋ ਘੱਟ 30 ਤੋਂ 40 ਨਿੰਮ ਦੇ ਪੱਤੇ ਜਾਂ 10 ਗ੍ਰਾਮ ਜਾਂ 20 ਗ੍ਰਾਮ ਨਿੰਮ ਦੇ ਪੱਤੇ ਤਾਜ਼ੇ। ਹਾਂ, ਨਿੰਮ ਦੇ ਪੱਤੇ ਅਗਰ ਤਾਜ਼ੇ ਤੁਹਾਡੇ ਕੋਲ ਮੌਜੂਦ ਨਹੀਂ ਹੈਗੇ, ਡਰਾਈ ਕੀਤੇ ਹੋਏ ਹੈਗੇ, ਸੁੱਕੇ ਹੈਗੇ, ਤਾਂ ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ। ਸੋ ਹੁਣ ਆਪਾਂ ਗੱਲ ਕਰਾਂਗੇ ਕਿ ਇਸ ਤੇਲ ਨੂੰ ਆਪਾਂ ਕਿੱਦਾਂ ਤਿਆਰ ਕਰਨਾ ਆ। ਸਭ ਤੋਂ ਪਹਿਲਾਂ ਜੋ ਆਪਾਂ ਔਲੇ ਲੈ ਨੇ, 200 ਗ੍ਰਾਮ ਔਲੇ ਲੈ ਨੇ, ਇਹਨਾਂ ਨੂੰ ਆਪਾਂ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟਾਂਗੇ। ਹੁਣ ਜਿਹੜੇ ਆਪਾਂ ਆਮਲੇ ਲਏ ਸੀਗੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਕੱਟ ਲਿਆ ਵਾ। ਇਹਦੋਂ ਬਾਅਦ ਤੁਸੀਂ ਇਹਨੂੰ ਇੱਕ ਮਿਕਸਰ ਗ੍ਰਾਈਂਡਰ ਦੇ ਵਿੱਚ ਪਾ ਦੇਣਾ, ਚਾਹੇ ਤੁਸੀਂ ਦੋਰੀ ਡੰਡੇ ਨਾਲ ਕੁੱਟ ਲਓ, ਚਾਹੇ ਤੁਸੀਂ ਮਿਕਸਰ ਗ੍ਰਾਈਂਡਰ ਦਾ ਇਸਤੇਮਾਲ ਕਰ ਲਓ, ਕੋਈ ਮੈਟਰ ਨਹੀਂ। ਇਹਦੇ ਵਿੱਚ ਨਾ ਪਾਣੀ ਨਹੀਂ ਪਾਉਣਾ ਗਾ ਤੁਸੀਂ ਇਹਨੂੰ ਗ੍ਰਾਈਂਡ ਕਰਨ ਲੱਗਿਆਂ, ਥੋੜ੍ਹਾ ਜਿਹਾ ਜਸਟ ਥੋੜ੍ਹਾ ਜਿਹਾ ਤੇਲ ਪਾ ਲੈਣਾ ਇਹਦੇ ਵਿੱਚ, ਜਸਟ 5 ਤੋਂ 7 ml, ਇਸ ਤੋਂ ਜ਼ਿਆਦਾ ਨਹੀਂ। ਫਿਰ ਆਪਾਂ ਇਹਦਾ ਢੱਕਣ ਲਗਾ ਕੇ ਮਿਕਸਰ ਔਨ ਕਰ ਦੇਣਾ। ਗ੍ਰਾਈਂਡ ਕਰਨ ਤੋਂ ਬਾਅਦ ਕੁਝ ਇਹ ਮਿਕਸਰ ਇਦਾਂ ਦਾ ਹੋ ਜਾਏਗਾ। ਤੇਲ ਨਾਲ ਗ੍ਰਾਈਂਡ ਕਰੋਗੇ ਤਾਂ ਇਹਦੇ ਵਿੱਚ ਮੋਇਸਚਰ ਜ਼ਿਆਦਾ ਨਹੀਂ ਆਏਗਾ, ਅਗਰ ਤੁਸੀਂ ਪਾਣੀ ਨਾਲ ਗ੍ਰਾਈਂਡ ਕਰੋਗੇ ਜਾਂ ਸੁੱਕਾ ਗ੍ਰਾਈਂਡ ਕਰੋਗੇ ਤਾਂ ਮੋਇਸਚਰ ਆਉਣ ਦੀ ਸਮੱਸਿਆ। ਹੁਣ ਇਹਨੂੰ ਆਪਾਂ ਇੱਕ ਖਾਲੀ ਕੌਲੀ ਦੇ ਵਿੱਚ ਕੱਢ ਲੈਂਦੇ ਹਾਂ। ਹੁਣ ਆਪਾਂ ਇੱਕ ਹੈਵੀ ਪੈਨ ਦਾ ਇਸਤੇਮਾਲ ਕਰਨਾ, ਮਤਲਬ ਕਿ ਭਾਰੇ ਥੱਲੇ ਵਾਲੀ ਕੜਾਹੀ ਦਾ ਇਸਤੇਮਾਲ ਕਰਨਾ। ਕਿਉਂ ਭਾਰੇ ਥੱਲੇ ਵਾਲੀ ਕੜਾਹੀ ਦਾ ਇਸਤੇਮਾਲ ਕਰਨਾ? ਕਿਉਂਕਿ ਇਹਦੇ ਵਿੱਚ ਤੇਲ ਸੜਦਾ ਨਹੀਂਗਾ, ਨਹੀਂ ਤਾਂ ਆਮ ਕੜਾਹੀਆਂ ਦੇ ਵਿੱਚ ਤੇਲ ਸੜ ਜਾਂਦਾ, ਉਹਦੀ ਅੱਗ ਨਿਕਲ ਜਾਂਦੀ ਆ, ਜਿਹਦੀ ਵਜ੍ਹਾ ਕਰਕੇ ਫਿਰ ਤੇਲ ਸਹੀ ਨਹੀਂ ਬਣਦੇਗੇ। ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ 200 ਗ੍ਰਾਮ ਨਾਰੀਅਲ ਦਾ ਤੇਲ ਪਾ ਦਾਂਗੇ, ਠੀਕ ਹੈ ਜੀ। 200 ਗ੍ਰਾਮ ਨਾਰੀਅਲ ਦਾ ਤੇਲ ਪਾਉਣ ਤੋਂ ਬਾਅਦ ਇਹਨੂੰ ਹਲਕੀ ਅੱਗ 'ਤੇ ਅਸੀਂ ਕੁਝ ਸਮੇਂ ਲਈ ਗਰਮ ਹੋਣ ਦੇਣਾ। ਗਰਮ ਇਸ ਲਈ ਹੋਣ ਦੇਣਾ, ਅਗਰ ਤੁਸੀਂ ਠੰਡੇ ਤੇਲ ਦੇ ਵਿੱਚ ਚੀਜ਼ਾਂ ਪਾਉਂਗੇ ਤਾਂ ਉਹ ਚੀੜੀਆਂ ਹੋ ਜਾਣਗੀਆਂ, ਉਹ ਪੂਰੀਆਂ ਤੜਕੀਆਂ ਨਹੀਂ ਜਾਣਗੀਆਂ, ਪੂਰਾ ਅਸਰ ਨਹੀਂ ਛੱਡਣਗੀਆਂ ਆਪਣੇ ਤੇਲ ਦੇ ਵਿੱਚ। ਸੋ ਥੋੜ੍ਹਾ ਜਿਹਾ ਜਿੱਦਾਂ ਹੀ ਤੇਲ ਗਰਮ ਹੁੰਦਾ ਤਾਂ ਸਾਰੀਆਂ ਚੀਜ਼ਾਂ ਆਪਾਂ ਸਟੈਪ ਬਾਏ ਸਟੈਪ ਇਹਦੇ ਵਿੱਚ ਪਾਉਂਦੇ ਜਾਣਾ ਹੈ। ਹੁਣ ਜਿੱਦਾਂ ਆਪਣਾ ਤੇਲ ਗਰਮ ਹੋਣਾ ਸ਼ੁਰੂ ਹੋ ਚੁੱਕਾ ਹੈ, ਸਭ ਤੋਂ ਪਹਿਲਾਂ ਆਪਾਂ ਜੋ ਨਿੰਮ ਦੇ ਪੱਤੇ ਲੈਣੇ, ਲਗਭਗ 10 ਤੋਂ 20 ਗ੍ਰਾਮ ਜਾਂ 30 ਤੋਂ 40 ਪੱਤੇ ਤੁਸੀਂ ਲੈਣੇ ਆ, ਇਹਨਾਂ ਨੂੰ ਤੁਸੀਂ ਇਹਦੇ ਵਿੱਚ ਪਾ ਦੇਣਾ। ਸਿਜ਼ਲਿੰਗ ਦੀ ਆਵਾਜ਼ ਆ ਰਹੀ ਆ, ਅੱਗੇ ਨਿੰਮ ਦਾ ਤੇਲ ਸਾੜ ਕੇ ਸਿਰ ਦੇ ਵਿੱਚ ਲਾਉਣ ਲਈ ਵਰਤਿਆ ਜਾਂਦਾ ਸੀ, ਇਹ ਬਹੁਤ ਵਧੀਆ ਚੀਜ਼ ਹੁੰਦੀ ਆ। ਨਿੰਮ ਦੇ ਗੁਣ ਬਹੁਤ ਜ਼ਿਆਦਾ ਨੇ, ਜਿਨ੍ਹਾਂ ਲੋਕਾਂ ਨੂੰ ਸਰਾਈਸਿਸ ਦੀ ਵਜ੍ਹਾ ਕਰਕੇ ਜ਼ਖਮ ਹੋ ਜਾਂਦੇ ਨੇ ਉਹਨਾਂ ਲੋਕਾਂ ਦੇ ਜ਼ਖਮਾਂ ਨੂੰ ਬਿਲਕੁਲ ਠੀਕ ਕਰ ਦਿੰਦਾ ਨਿੰਮ ਦਾ ਤੇਲ। ਸੋ 1-2 ਮਿੰਟ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹਦੇ 'ਤੇ ਝੱਗ ਆ ਗਈ ਹੈ, ਇਹ ਜਸਟ ਇਹਦਾ ਪਾਣੀ ਹੈ ਜਿਹੜਾ ਨਿੰਮ ਦੇ ਪੱਤਿਆਂ ਵਿੱਚ ਸੀਗਾ। 1-2 ਮਿੰਟ ਦੇ ਵਿੱਚ ਇਹਦੀ ਸਿਜ਼ਲਿੰਗ ਬੰਦ ਹੋ ਜਾਏਗੀ, ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਚੀਜ਼ਾਂ ਮਿਲਾਉਣਾ ਸ਼ੁਰੂ ਕਰਾਂਗੇ। ਹੁਣ ਦੇਖੋ ਸਾਰੇ ਨਿੰਮ ਦੇ ਪੱਤਿਆਂ ਦਾ ਪਾਣੀ ਸੁੱਕ ਗਿਆ ਆ, ਉਹਦੇ ਵਿੱਚੋਂ ਝੱਗ ਜਿਹੜੀ ਨਿਕਲ ਰਹੀ ਸੀ ਉਹ ਬੰਦ ਹੋ ਗਈ ਆ, ਸਿਜ਼ਲਿੰਗ ਬੰਦ ਹੋ ਗਈ ਆ। ਇਟਸ ਮੀਨ ਨਿੰਮ ਨੇ ਆਪਣਾ ਤੇਲ ਦੇ ਵਿੱਚ ਜੋ ਵੀ ਗੁਣ ਛੱਡਣੇ ਸੀ ਉਹ ਛੱਡ ਦਿੱਤੇ ਨੇ। ਨੈਕਸਟ ਅਸੀਂ ਪਾਉਣਾ ਹੁਣ ਆਮਲਾ। ਜੋ ਆਮਲਾ ਲਿਆ ਸੀ ਅਸੀਂ ਉਸਨੂੰ ਅਸੀਂ ਬਰੀਕ ਪੀਠਿਆ ਸੀਗਾ, ਸੇਮ ਫਿਰ ਇਹ ਉਸੇ ਤਰ੍ਹਾਂ ਹੀ ਜਿੱਦਾਂ ਇਹਦੇ ਵਿੱਚ ਕਿਉਂਕਿ ਪਾਣੀ ਹੁੰਦਾ ਆ, ਆਮਲੇ ਦੇ ਵਿੱਚ ਵੀ ਮੋਇਸਚਰ ਫੈਕਟਰ ਕਾਫੀ ਜ਼ਿਆਦਾ ਹੁੰਦਾ ਆ, ਇਹ ਵੀ ਤੇਲ ਦੇ ਵਿੱਚ ਪਾਉਂਦਿਆਂ ਸਾਰ ਕਾਫੀ ਜ਼ਿਆਦਾ ਝੱਗ ਬਣਾ ਦੇਗਾ। ਸੋ 1-2 ਮਿੰਟ ਦੇ ਵਿੱਚ ਜਿਹੜਾ ਆਪਣਾ ਆਮਲਾ ਆ ਉਹ ਵੀ ਜਿਹੜੀ ਆਪਣੀ ਝੱਗ ਆ ਜਾਂ ਮੋਇਸਚਰ ਆ ਉਹਦਾ ਖਤਮ ਹੋ ਜਾਏਗਾ ਅਤੇ ਦੁਬਾਰਾ ਤੇਲ ਬਿਲਕੁਲ ਸਾਫ਼ ਹੋ ਜਾਏਗਾ। ਸੋ ਉਸ ਤੋਂ ਬਾਅਦ ਅਸੀਂ ਐਲੋਵੇਰਾ ਐਡ ਕਰਾਂਗੇ। ਹੁਣ ਜਿਵੇਂ ਜਿਵੇਂ ਆਮਲੇ ਦਾ ਵਿਚਲਾ ਮੋਇਸਚਰ ਜਾਂ ਪਾਣੀ ਸੁੱਕ ਰਿਹਾ ਹੈ ਇਹਦੀ ਝੱਗ ਘਟਦੀ ਜਾਵੇਗੀ,
तेल बनना शुरू हो जाएगा। इनू लगातार हिलाते रहो अग दे उत्ते, हिलाउण दे नाल फिर आमला सड़दा नहीं गा, कंड्या तो भी तुसी हिलाते रहो ता कि जिहड़ा आमला सड़े ना। सहजे सहजे तेल अपना रंग फड़ना शुरू कर देगा। हुण लगभग 10 तो लैके 15 मिनट दे विच सारा पानी सुक जाएगा, आमलियां दा पूरे ब्राउन हो जाएंगे। इन्हां नूं पूरा ब्राउन करना तां ही फायदा तेल दा, कच्चे ना रख लिया, जे कच्चे रखोगे तो कोई असर नहीं आऊगा तेल दे विच। हुण लास्ट जिहड़े आपां एलोवेरा दे पीसिस लै सी लगभग 50 ग्राम, उन्हां नूं असीं ऐड कर देना। इन्हां नूं तुसीं लास्ट ते ऐड करना सब तों, क्योंकि सारियां मॉइस्चर वालियां चीज़ां ने, अगर कट्ठियां सिट दोवोंगे इक्के वारी तेल दे विच तां मॉइस्चर सुकाउणा बहुत औखा हो जाएगा। हुण इह चीज़ भी लगभग 2 तो लैके 3 मिनट लवेगी। पूरा पानी सुका दिओ, जिन्ना पानी इहदा ज़्यादा सुकाउंगे उन्नी ज़्यादा तेल की शैल्फ लाइफ भाव मुनियाद वधेगी। अगर तुसीं इहनूं कच्चे नूं ही ला लिया तो फिर फायदा नहीं होना तेल का बिल्कुल भी। सो जस्ट हुण 4 तो 5 मिनट के लिए असीं इहनूं हिलावांगे, थल्ले ना लगन दिओ, बचा के रखो इहनूं, चंगी तरह साड़ लिओ इहनां सारियां चीज़ां नूं। सिर्फ 4 तो 5 मिनट तक ये सारिया चीज़ों का मॉइस्चर बिल्कुल जीरो हो जाएगा, खत्म हो जाएगा। तो असी इस तेल दे लई अगला स्टैप यूज़ करांगे। पूरी रात दे लई आपां तेल नूं इसे तरह कढ़ाई दे विच पिया रहिण देना सी। ये सारा तेल हुण सारियां चीज़ां दे असर जिहड़े जज़ब कर चुका है, इस नूं आपां एक साफ बॉयल दे विच लै के छानांगे। तुसी किसी पौनी दा इस्तेमाल भी कर सकदे हो, मैं कपड़े दा इस्तेमाल कर सकदे हां, जो भी तुहानूं बेस्ट लगे, पर मेरे हिसाब नाल कपड़े दे विच पुन्ना इहनूं किते सौखा हुंदा पौनी दे बजाए, क्योंकि पौनी दे विच कई वारी की हुंदा कि पौनियां दे नाल ना जिहड़ी कालख हुंदी है थल्ले उह चले जांदी है, ते कपड़े विच इह दिक्कत नहीं आउंदी। दूसरा इस नूं फिर नचोड़ना भी सौखा हुंदा पौनी दे मुकाबले। इस नूं चंगी तरह निकल लैण दो। ये 200 ग्राम आपां तेल वरत्या सी, ते इहदे विच्चों मसां ही है भी कोई 150 ग्राम ही तेल रह गया होवे। ये तेल सुक जांदा है, इसनों असी छान लैने। इस तो बाद असी इसनों एक साफ कौली दे विच छान लिया है, तो फिर आपां इसनों अगे बोतल दे विच भर लवांगे। हुण एक साफ बोतल दे विच आपां इहनूं स्टोर कर लैना। ये है जी असली आमले का तेल, जिहड़ा तुसीं वरतदे हो उहदे विच बहुत गंद पिल मिलाया जांदा है, तकरीबन कैमिकली फिल्टर करके कैमिकली प्रोसैस करके तैयार किया जाता है, पर सही तेल जो साडा ये है आमले का तेल। इहदा नैचुरल कलर आएगा लाइट जिहा ग्रीन, डार्क जिहा ग्रीन आएगा, थोड़ा जिहा येलोइश दे विच, ते हुण इहदे विच एलोवेरा दे होने दे विच निम दे आमले दे सारे गुण समा चुके ने। यह है जी प्योर आमला तेल, जो सानू बाजार चो मिलता वह प्योर नहीं, ये आमला, ये एलोवेरा, निम, नारियल दे सारे चीज़ों के गुण समाए हुए हैं। सो उम्मीद करते हैं तुम्हें यह वीडियो पसंद आई होगी। इसनों वध तो वध व्हाट्सएप, फेसबुक, यूट्यूब ते वध तो वध शेयर करना, ताकि सारे लोगों जिन्हों वालों की समस्या उन्होंने उन्हों का सोल्यूशन मिल सके। थैंक यू जी।